ਉੱਤਰਾਖੰਡ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਕਾਫੀ ਥਾਵਾਂ ਦੇ ਉੱਤੇ ਲੈਂਡਸਲਾਈਡ ਹੋਈ ਹੈ, ਕਈ ਸੜਕਾਂ ਟੁੱਟੀਆਂ ਨੇ, ਕਈ ਪੁਲ ਢਹਿ ਗਏ ਨੇ, ਉੱਥੇ ਇਹ ਤਸਵੀਰਾਂ ਹੁਣ ਇੱਕ ਟੋਲ ਪਲਾਜ਼ੇ ਦੀਆਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਾਣੀ ਜੋ ਹੈ ਕਈ ਕਈ ਫੁੱਟ ਜਮ੍ਹਾਂ ਹੋ ਗਿਆ। ਬੱਸਾਂ ਗੱਡੀਆਂ ਸਾਰੀਆਂ ਹੀ ਪਾਣੀ ਦੇ ਵਿੱਚ ਚੱਲਦੀਆਂ ਨਜ਼ਰ ਆ ਰਹੀਆਂ ਨੇ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਖਾਟੀਮਾ ਟੋਲ ਪਲਾਜ਼ਾ ਦੀਆਂ ਨੇ, ਜੋ ਕਿ ਉੱਤਰਾਖੰਡ ਦੇ ਵਿੱਚ ਹੈ, ਜਿੱਥੇ ਕਿ ਲਗਾਤਾਰ ਗੰਗਾ ਨਦੀ ਅਤੇ ਅਲਕਨੰਦਾ ਨਦੀ ਲਗਾਤਾਰ ਦੋਵੇਂ ਹੀ ਉਫਾਨ ਦੇ ਉੱਤੇ ਨੇ, ਅਤੇ ਇਸ ਦੇ ਨਾਲ ਹੀ ਜੋ ਛੋਟੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਵਧਿਆ ਅਤੇ ਹੁਣ ਬਾਹਰ ਆਉਣਾ ਪਾਣੀ ਸ਼ੁਰੂ ਹੋ ਚੁੱਕਾ ਹੈ। ਤਾਂ ਦੱਸ ਦਈਏ ਕਿ 2-3 ਦਿਨਾਂ ਤੋਂ ਲਗਾਤਾਰ ਉੱਥੇ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਹਾਲੇ ਤੱਕ ਉੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ, ਅਤੇ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਟੋਲ ਪਲਾਜ਼ਾ ਦੀਆਂ, ਜਿੱਥੇ ਕਿ 4-4 ਫੁੱਟ ਦੇ ਕਰੀਬ ਕਿਹਾ ਜਾ ਰਿਹਾ ਕਿ ਪਾਣੀ ਜਮ੍ਹਾਂ ਹੋ ਗਿਆ। ਗੱਡੀਆਂ, ਬੱਸਾਂ, ਟਰੱਕ ਜੋ ਨੇ ਉਹ ਇਸ ਪਾਣੀ ਦੇ ਵਿੱਚੋਂ ਹੀ ਲੰਘਦੇ ਨਜ਼ਰ ਆ ਰਹੇ ਨੇ। ਤਾਂ ਇਹ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ। ਉੱਤਰਾਖੰਡ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਕਾਫੀ ਥਾਵਾਂ ਦੇ ਉੱਤੇ ਲੈਂਡਸਲਾਈਡ ਹੋਈ ਹੈ, ਕਈ ਸੜਕਾਂ ਟੁੱਟੀਆਂ ਨੇ, ਕਈ ਪੁਲ ਢਹਿ ਗਏ ਨੇ, ਉੱਥੇ ਹੀ ਇਹ ਤਸਵੀਰਾਂ ਹੁਣ ਇੱਕ ਟੋਲ ਪਲਾਜ਼ੇ ਦੀਆਂ ਸਾਹਮਣੇ ਆਈਆਂ ਨੇ, ਜਿੱਥੇ ਕਿ ਪਾਣੀ ਜੋ ਹੈ ਕਈ ਕਈ ਫੁੱਟ ਜਮ੍ਹਾਂ ਹੋ ਗਿਆ। ਬੱਸਾਂ ਗੱਡੀਆਂ ਸਾਰੀਆਂ ਹੀ ਪਾਣੀ ਦੇ ਵਿੱਚ ਚੱਲਦੀਆਂ ਨਜ਼ਰ ਆ ਰਹੀਆਂ ਨੇ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਖਾਟੀਮਾ ਟੋਲ ਪਲਾਜ਼ਾ ਦੀਆਂ ਨੇ, ਜੋ ਕਿ ਉੱਤਰਾਖੰਡ ਦੇ ਵਿੱਚ ਹੈ, ਜਿੱਥੇ ਕਿ ਲਗਾਤਾਰ ਗੰਗਾ ਨਦੀ ਅਤੇ ਅਲਕਨੰਦਾ ਨਦੀ ਲਗਾਤਾਰ ਦੋਵੇਂ ਹੀ ਉਫਾਨ ਦੇ ਉੱਤੇ ਨੇ, ਅਤੇ ਇਸ ਦੇ ਨਾਲ ਹੀ ਜੋ ਛੋਟੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਵੀ ਪਾਣੀ ਕਾਫੀ ਜ਼ਿਆਦਾ ਵਧਿਆ ਅਤੇ ਹੁਣ ਬਾਹਰ ਆਉਣਾ ਪਾਣੀ ਸ਼ੁਰੂ ਹੋ ਚੁੱਕਾ ਹੈ। ਤਾਂ ਦੱਸ ਦਈਏ ਕਿ 2-3 ਦਿਨਾਂ ਤੋਂ ਲਗਾਤਾਰ ਉੱਥੇ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਹਾਲੇ ਤੱਕ ਉੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ, ਅਤੇ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਟੋਲ ਪਲਾਜ਼ਾ ਦੀਆਂ, ਜਿੱਥੇ ਕਿ 4-4 ਫੁੱਟ ਦੇ ਕਰੀਬ ਕਿਹਾ ਜਾ ਰਿਹਾ ਕਿ ਪਾਣੀ ਜਮ੍ਹਾਂ ਹੋ ਗਿਆ। ਗੱਡੀਆਂ, ਬੱਸਾਂ, ਟਰੱਕ ਜੋ ਨੇ ਉਹ ਇਸ ਪਾਣੀ ਦੇ ਵਿੱਚੋਂ ਹੀ ਲੰਘਦੇ ਨਜ਼ਰ ਆ ਰਹੇ ਨੇ। ਤਾਂ ਇਹ ਉੱਤਰਾਖੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ।